ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਮੈਂ ਵੀ ਠੀਕ ਠਾਕ ਹਾਂ ਜੀ। ਅਤੇ ਨਵੇਂ ਬਲੌਗ ਦਾ ਕਰਦੇ ਹਾਂ ਅੱਜ ਆਗਾਜ਼, ਸ਼ੁਰੂ ਕਰਦੇ ਹਾਂ। ਆਏ ਹਾਂ ਦੁਕਾਨ 'ਤੇ, ਦੁਕਾਨ 'ਤੇ ਕੰਮ ਦੱਸਦੇ ਹਾਂ ਕੀ ਕੰਮ ਸੀ, ਕੀ ਗੱਲਬਾਤ ਸੀ। ਅਤੇ ਇੱਧਰ ਦੇਖ ਸਕਦੇ ਤੁਸੀਂ ਖੇਤਾਂ ਦਾ ਮਾਹੌਲ, ਅਤੇ ਸਾਹਮਣੇ ਤੂੜੀਆਂ ਬਣ ਗਈਆਂ, ਅਤੇ ਇੱਧਰ ਜਵਾਰਾਂ, ਜਵਾਰ ਉੱਗਰੀ ਹੋਈ ਆ, ਉਹ ਪਰਲੇ ਪਾਸੇ ਜਵਾਰ ਦਾ ਕਿਆਰਾ। ਅਤੇ ਮੌਸਮ ਮੀਂਹ ਪੈ ਰਿਹਾ, ਦੇਖੋ ਰੱਦ ਥੋੜ੍ਹਾ ਥੋੜ੍ਹਾ। ਅਤੇ ਰੌਣੀਆਂ ਦਾ ਟਾਈਮ ਹੈ, ਨਰਮੇ ਦੀ ਰੌਣੀਆਂ, ਆਪਣੇ ਨਰਮੇ ਦੇ ਬੈਲਟ ਹੀ ਆਪਣੀ ਝੋਨਾ ਵਿਖਾ ਏਰੀਆ ਜਿਹੜਾ ਹੈਗਾ ਲਗਾਈ ਜਾਂਦਾ, ਇੱਥੇ ਝੋਨਾ ਲੱਗਣਾ ਅਤੇ ਕੁਛ ਕਿੱਲੇ ਝੋਨਾ ਲਾਉਣਗੇ, ਪਰ ਬਾਕੀ ਨਰਮੇ ਦੀ ਰੌਣੀਆਂ ਕਰਨੀਆਂ। ਅਤੇ ਨਰਮੇ ਰੌਣੀ ਵਾਸਤੇ ਆਪਣੇ ਕੋਲ ਇੱਕ ਮੋਨੋ ਬਲਾਕ ਮੋਟਰ ਆਈ ਹੈ, ਉਹ ਮੈਂ ਦਿਖਾਉਣਾ ਅੰਦਰ। ਹਾਂ ਦੇਖੋ ਜੀ, ਕੱਲ੍ਹ ਆਹ ਮੋਟਰ ਦੀ ਆਪਾਂ ਸਾਰੀ ਤਿਆਰੀ ਕਰ ਗਏ ਸੀ, ਪੇਪਰ ਵਗੈਰਾ ਕੱਟ ਗਏ ਸੀਗੇ। ਅਤੇ ਇਸ ਟਾਈਮ 7:30 ਦਾ ਟਾਈਮ ਹੋਇਆ, 7:30 ਵਜੇ ਆਪਾਂ ਦੁਕਾਨ 'ਤੇ ਆ ਗਏ ਹਾਂ, ਸਫਾਈ ਵਗੈਰਾ ਕਰਕੇ ਮੈਂ ਵਲੌਗ ਸ਼ੁਰੂ ਕਰ ਲਗੇ। ਅੱਜ ਥੋੜ੍ਹਾ ਬਿਜੀ ਦਿਨ ਹੈ, ਤੁਹਾਨੂੰ ਦਿਖਾਵਾਂਗੇ ਦਿਨ ਦੀ ਦਿਨ ਚਰਿਆ ਕਿਵੇਂ ਆਪਣਾ ਦਿਨ ਅੱਜ, ਅਤੇ ਮੋਟਰ ਵੀ ਬੰਨਾਂਗੇ। ਅਤੇ ਮੀਂਹ ਦੀ ਪੂਰੀ ਸੰਭਾਵਨਾ ਬਣੀ ਹੋਈ ਆ, ਕਿਸੇ ਨਰਮ ਬੀਜਿਆ ਕਰੰਟ ਹੋ ਗਿਆ, ਅਤੇ ਨਰਮ ਤਕਰੀਬਨ 2-4 ਦਿਨਾਂ ਵਿੱਚ ਹੀ ਬੀਜੇ ਗਏ ਆ, ਵੱਧ ਕਰੰਟ ਹੋ ਗਏ ਆ। ਚਲੋ ਜੋ ਰੱਬ ਦੀ ਮਰਜ਼ੀ ਆ। ਚਲੋ ਜੀ ਕਰਦੇ ਹਾਂ ਫਿਰ ਵਲੌਗ ਸ਼ੁਰੂ, ਵਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤਾਈਂ ਜ਼ਰੂਰ ਦੇਖਿਓ ਜੀ। ਬੜੇ ਦਿਨਾਂ ਬਾਅਦ ਵਲੌਗ ਸ਼ੁਰੂ ਕਰ ਰਹੇ ਹਾਂ ਅੱਜ, ਅਤੇ ਚਲੋ ਜੀ ਤੁਹਾਡੀ ਫਿਰ ਦੇਖ ਲਓ ਤੁਸੀਂ ਖੇਤਾਂ ਦਾ ਮਾਹੌਲ। ਲਓ ਜੀ, ਅੱਜ ਆਏ ਸੀ ਆਪਾਂ ਸੋਲਰ ਮੋਟਰ ਪਾਉਣ, ਅਤੇ ਧੁੱਬੀ ਥੋੜ੍ਹੀ ਥੋੜ੍ਹੀ ਹੈਗੀ ਅੱਜ, ਧੁੱਪ ਹੈਣੀ ਸੀ ਸਵੇਰੇ। ਆ ਸਟਰਕਚਰ ਤਿਆਰ ਹੋ ਰਿਹਾ, ਇੱਧਰਲੇ ਪਾਸੇ ਸੋਲਰ ਪਲੇਟਾਂ ਲੱਗਣਗੀਆਂ, ਅਤੇ ਆਪਾਂ ਪੁਰਾਣੀ ਜੋ ਮੋਟਰ ਹੈ ਉਹ ਕੱਢਤੀ ਆ, ਅਤੇ ਉਹਦੀ ਥਾਂ 'ਤੇ ਪੈਪਾਂ ਹੀ ਪਾਤੀਆਂ, ਸੋਲਰ ਮੋਟਰ ਆਪਾਂ ਹੀ ਪਾਤੀ ਪਾਉਣ ਦੀ ਸ਼ੁਰੂਆਤ ਕਰ ਰਹੇ ਹਾਂ। ਦੇਖੋ ਥੱਲੇ ਮੋਟਰ ਪਈ ਹੈ। ਲਓ ਜੀ ਮੋਟਰ ਪਾ ਕੇ ਚੈੱਕ ਕਰ ਰਹੇ ਹਾਂ, ਅਤੇ ਇੰਨਾ ਪਾਣੀ ਬਣਿਆ ਮੋਟਰ ਦਾ, 10 HP ਮੋਟਰ ਹੈ ਸੋਲਰ। ਪਾਣੀ ਤੁਸੀਂ ਚੈੱਕ ਕਰ ਸਕਦੇ ਹੋ, 3 ਇੰਚੀ ਪੁੱਲ ਆਇਆ ਪਾਣੀ, 100 ਫੁੱਟ ਆਪਣੇ ਡਿਲੀਵਰੀ ਪੈਂਦੀ ਹੈ, ਚੰਗਾ ਪਾਣੀ ਹੈ, ਠੀਕ ਹੈ। ਲਓ ਜੀ ਪਾਉਣੇ ਮਸ਼ੀਨ ਵਾਲੀ, ਚਾਹ ਪਿਆਵਾਂ ਚੱਲ ਚੱਲ ਪਾ ਦਿਆਂਗੇ, ਆਹ ਪਾਇਆ ਮੈਂ, ਤੇਰੀ ਮਰਜ਼ੀ ਜੋ ਪਾਉਣੀ ਪਾ ਲਾਂਗੇ। ਪਹੁੰਚ ਗਏ ਦੁਕਾਨ 'ਤੇ ਤਾਂ ਬਾਈ ਸਵੇਰੇ ਸਵੇਰੇ ਪਾ ਲਿਆ ਸੀ ਜਿਹੜੀ, ਉਹ ਸਾਹਮਣੇ ਦੁਕਾਨ ਦੇ ਮੋਟਰ ਆਪਣੀ, ਉਹ ਸਾਹਮਣੀ ਆ ਦੁਕਾਨ ਆਪਣੀ, ਸਾਹਮਣੇ ਮੋਟਰ ਉਹ ਪਾਉਣੀ ਹੈ, ਚੱਕ ਕੇ ਮੋਟਰ ਉੱਥੇ ਲੈ ਗਏ ਹਾਂ। ਇੱਕ ਮੋਟਰ ਆ, ਇਹ ਵੀ ਸ਼ਾਮ ਨੂੰ ਪਾਉਣੀ ਹੈ, ਆਹ ਮੋਟਰ ਖਤਮ ਹੋ ਗਈ। ਅਤੇ ਕੱਲ੍ਹ ਬਹੁਤ ਆਪਣਾ ਥੋੜ੍ਹਾ ਜਿਹਾ ਦਿਮਾਗ ਹੋ ਗਿਆ ਸੀਗਾ, ਕਿਉਂਕਿ ਬੁੱਥ ਲਵਾ ਕੇ ਲਿਆਏ ਸੀ ਦੋਨੇ ਮੋਟਰਾਂ ਦੇ, ਅਤੇ ਦੋਨੇ ਮੋਟਰਾਂ ਹੀ ਦੁਬਾਰੇ ਮੈਨੂੰ ਮੰਡੀ ਜਾਣਾ ਪੈ ਗਿਆ। ਕੱਲ੍ਹ ਸਾਰਾ ਦਿਨ ਭਕਾਈ ਬਹੁਤ ਸੀ, ਗਰਮੀ ਬਹੁਤ ਸੀ, ਜੇ ਪਾਉਣੇ ਮੋਟਰਾਂ ਠੰਡੇ ਦਿਮਾਗ ਦੇ ਨਾਲ, ਪਰ ਹਵਾ ਵੀ ਚੱਲ ਰਹੀ ਆ, ਅਤੇ ਵਾਹਣ ਮੈਨੂੰ ਵਾਹੇ ਪਏ ਆ। ਪਾਉਣੇ ਮੋਟਰ ਚੱਲਦੇ ਹਾਂ, ਪਾ ਕੇ ਤੁਹਾਨੂੰ ਚਲਾ ਕੇ ਵੀ ਚੈੱਕ ਕਰਾਵਾਂਗੇ।
ਅਤੇ ਜੱਜ ਸ਼ਾਇਦ ਆਪਾਂ ਉਹ ਸਾਰ ਕੱਢੀ ਪਈ ਹੈ ਅਤੇ ਕੂਲਰ ਆਹ ਪੱਖਾ ਬੰਨਿਆ ਗਿਆ, ਪੱਖਾ ਆਇਆ ਸੀਗਾ ਆਪਣੇ ਕੋਲ, ਬੰਨਾਂਗੇ ਆਹ ਕੂਲਰ ਵੀ ਸੈੱਟ ਕਰਦਾ ਆਪਾਂ, ਆਹ ਪੱਖਾ ਬੰਨਿਆ ਪਿਆ ਇਹਨੂੰ ਵੀ ਅੱਜ ਕਨੈਕਸ਼ਨ ਆ ਪਿਆ, ਆਹ ਦੇਖ ਸਕਦੇ ਹੋ ਤੁਸੀਂ, ਇਹਦੇ ਕਨੈਕਸ਼ਨ ਕਰਨੇ ਆ ਮੋਨੋਬਲਕ ਮੋਟਰ। ਅਤੇ ਬੜੇ ਦਿਨ ਹੋ ਗਏ ਬਲੌਗ ਆਪਾਂ ਨਹੀਂ ਬਣਾਇਆ, ਇੱਕ ਤਾਂ ਪਤਾ ਨਹੀਂ ਚੱਕਰ ਹੈ ਮੋਬਾਇਲ ਹੱਥ ਪੜ੍ਹਨ ਜੀ ਨਹੀਂ ਕਰਦਾ, ਜੀ ਨਹੀਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਸਬਸਕ੍ਰਾਈਬਰ ਨਹੀਂ ਵੱਧ ਰਹੇ, ਕੋਈ ਵਿਊ ਨਹੀਂ ਆਉਂਦੇ। ਅੱਜ ਫਿਰ ਹਿੰਮਤ ਜੀ ਕਰਕੇ ਮੈਂ ਚੱਲ ਛੋਟਾ ਜਿਹਾ ਮਿੰਨੀ ਬਲੌਗ ਪਾ ਕੇ ਅਤੇ ਸ਼ਾਰਟ ਵੀਡੀਓ ਵਗੈਰਾ ਪਾਉਂਦੇ ਆਪਾਂ, ਚਲੋ ਇੱਕ ਮਨ ਦੇ ਵਿੱਚ ਦਿਮਾਗ ਦੇ ਵਿੱਚ ਕਸਰ ਜੀ ਹੈਗੀ ਹੈ ਵੀ ਯੂਟਿਊਬ 'ਤੇ ਆਪਾਂ ਸਕਸੈਸ ਹੋਣਾ, ਪਰ ਮੈਨੂੰ ਲੱਗਦਾ ਨਹੀਂ ਆਪਾਂ ਸਕਸੈਸ ਹੋਵਾਂਗੇ। ਚਲੋ ਕੋਈ ਗੱਲ ਨਹੀਂ, ਹੋਰ ਦੇਣੇ ਆ 6 ਮਹੀਨੇ, ਚਲੋ ਪਾਉਣੇ ਮੋਟਰ। ਲਓ ਜੀ ਸਮਾਨ ਚੱਕ ਲਿਆ, ਪਾਉਣੇ ਮੋਟਰ ਹੁਣ ਤੇ ਆ ਗਿਆ। ਤੂੰ ਕਹਾਂ ਚੱਕ ਕੇ ਲੈ ਜਾਊ ਕੋਈ, ਸਰ ਨੈਟਵਰਕ ਤੇ ਆ ਗਏ ਨੇੜੇ ਦੁਕਾਨ ਕਰਕੇ ਆਪਾਂ ਨੂੰ ਇਹ ਵੀ ਫਾਇਦਾ ਕਿ ਸਮਾਨ ਜੋ ਰਹਿ ਗਿਆ ਦੁਕਾਨ ਥੋੜ੍ਹੇ ਘਰ ਮਜ਼ਦੂਰੀ ਸੀ ਦੁਕਾਨ, ਅਤੇ ਕੋਠੀ ਦੇ ਵਿੱਚ ਵੀ ਝਿੜੀਆਂ ਝਿੜੀਆਂ ਮਾਰਨੀਆਂ, ਫਿਟਿੰਗ ਵੀ ਕਰਨੀ ਹੈ, ਇੱਕ ਕੰਮ ਆਇਆ ਸੀ ਆਪਣੇ ਕੋਲ। ਚਲੋ ਹੁਣ ਕਲੰਪ ਰਹਿ ਗਿਆ ਸੀ ਆਪਣੇ ਕੋਲ, ਕਿੱਥੇ ਪਿਆ ਆ ਪਿਆ ਜੀ ਕਲੰਪ 4 ਇੰਚੀ, ਚੱਕਦੇ ਹਾਂ ਇਹਨੂੰ ਵੀ। ਬੱਬੂ ਮਾਰ ਦੇ ਸਾਡੇ ਵਾਲੇ ਤੋਂ ਮੰਗਾ ਲੂ, ਉਹਦੇ ਕੋਲ ਹੈਗੀ ਆ। ਫੋਟੋ ਕਰਦਾ ਮੈਂ ਤਾਂ, ਤੁਰਪਾ ਤੁਰਪਾ ਬਲੌਗ ਚ ਲਾਵਾਂਗੇ ਤੁਹਾਨੂੰ, ਆਪਦੀ ਮੋਟਰ ਬਣਾ ਕੇ ਚੰਗਾ ਆਰਾਮ ਨਾਲ। ਲਓ ਜੀ ਮੋਟਰ ਤੋਰਤੀ, ਦੂਜੀ ਮੋਟਰ ਵੀ ਦੇਖੋ ਜਿਹੜੀ ਇੱਛੇ ਪਈ ਸੀ, ਹੁਣ ਉਹ ਮੋਟਰ ਪਾ ਕੇ ਆਉਣੇ, ਦੂਜੀ ਮੋਟਰ ਚੱਲ ਪਈ, ਉਹ ਸਾਹਮਣੇ ਚੱਲੀ ਜਾਂਦੀ ਤੁਹਾਨੂੰ ਦਿਖਾਵਾਂ ਜੂਮ ਕਰਕੇ। ਉਹ ਦੇਖੋ ਜੀ ਜਿਹੜੀ ਸਵੇਰੇ ਮੋਟਰ ਪਾਈ ਸੀ ਚੱਲੀ ਜਾਂਦੀ ਹੈ ਯੋਗਰਾਜ ਦੀ। ਲਓ ਜੀ ਅੱਜ ਆਏ ਸੀ ਬਾਜ਼ਾਰ ਦੇ ਵਿੱਚ ਸਮਾਨ ਲੈਣ, ਦੁਕਾਨ 'ਤੇ ਬੈਠੇ ਹਾਂ, ਦੇਖੋ ਉਹ ਸਾਹਮਣੇ ਸਬਜ਼ੀ ਮੰਡੀ, ਸਮਾਨ ਉੱਧਰ ਲੋਡ ਹੋ ਰਿਹਾ, ਬਾਈ ਗੁਰਲਾਲ ਲੋਡ ਕਰ ਰਿਹਾ। ਲਓ ਜੀ ਅੱਜ ਆਏ ਸੀ ਮੈਚ ਖੇਡਣ, ਤੇ 98 ਰਨ ਚਾਹੀਦੇ 98-6 ਓਵਰਾਂ ਦੇ ਵਿੱਚ, 22 ਰਨ ਹੋ ਗਏ ਇੱਕ ਓਵਰ। ਲਓ ਜੀ ਮੈਚ ਹਾਰਨ ਤੋਂ ਬਾਅਦ ਟੁੱਟ ਕੇ ਹੁਣ ਲੰਗਰ ਨੂੰ ਪੈ ਗਿਆ, ਲੰਗਰ ਹਾਲ ਦੇ ਵਿੱਚ ਮੁੰਡੇ ਆ ਦੇਖੋ ਥਾਲ ਚੱਕ ਲਿਆ ਪ੍ਰਧਾਨ ਸਾਹਿਬ ਨੇ।
ਬੈਠ ਕੇ ਸੰਗਤ ਹੁਣ ਸਕਦੇ ਹਾਂ ਪ੍ਰਸ਼ਾਦਾ। ਮੋਟਰ ਚੈੱਕ ਕਰਨੀ ਸੀ, ਮੋਟਰ 'ਤੇ ਹੈਗਾ ਸੱਪ ਨਿਕਾਉਣੇ ਆ। ਨਿਕਲਿਆ ਕਿ ਨਹੀਂ? ਇਹ ਪਿੱਛੇ ਹੋ ਗਏ। ਹਾਂ ਦੇਖੋ ਜੀ ਸਟਾਰਟਰ ਦੇ ਵਿੱਚ ਸਾਹਮਣੇ